ਹਾਂਜੀ ਭੈਣ ਜੀ, ਕੀ ਨਾਮ ਹੈ ਤੁਹਾਡਾ? ਸ਼ਾਂਤੀ ਰਾਮ। ਕੀ ਤੁਹਾਡੇ ਵਾਪਰੇ ਅੱਜ ਕਹਾਣੀ ਦੱਸੋ। ਹਾਂਜੀ ਵੀਰ ਜੀ, ਵਿਆਹ ਤੇ ਸੀ ਉਧਰ ਪਿੰਡ। ਅਸੀਂ ਘਰੇ ਜਦੋਂ ਆਏ, ਘਰੇ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਸੀ। ਜਦੋਂ ਅਸੀਂ ਘਰੇ ਆਏ, ਅੰਦਰੋਂ ਬੂਹੇ ਖੋਲਣ ਲੱਗੇ ਤੇ ਅੰਦਰੋਂ ਸਾਡੇ ਕੁੰਡਗਾਂ ਲੱਗੀਆਂ ਸੀ। ਕੁੰਡਗਾਂ ਜਦੋਂ ਅਸੀਂ ਬਾਰ ਬੂਰ ਖੜਕਾਏ ਤੇ ਜਦੋਂ ਸਾਨੂੰ ਆਵਾਜ਼ ਆਈ, ਮੈਨੂੰ ਜਦੋਂ ਵੇਖਿਆ ਤੇ ਖੜਕਿਆ ਆਇਆ, ਪੈਰਾਂ ਦਾ ਖੜਕਾ ਬਹੁਤ ਆਇਆ, ਜਿਵੇਂ ਅੰਦਰੋਂ ਭੱਜੇ ਵੀ ਸੀ। ਵੀ ਪਰੇ ਮਗਰਲੀ ਸਾਈਡ ਗੇਟ ਸੀ, ਉਧਰ ਦੀ ਲੰਘ ਕੇ ਤੇ ਉਹ ਭੱਜੇ, ਸਾਡਾ ਕਾਫੀ ਨੁਕਸਾਨ ਕਰ ਗਏ। ਤੇ ਕਿੰਨਾ ਕੁ ਨੁਕਸਾਨ ਹੋ ਗਿਆ? ਕੀ ਕਿੰਨੇ ਚੋਰ ਲੈ ਗਏ ਤੁਹਾਡਾ? ਹਾਂਜੀ ਬਹੁਤ ਲੈ ਗਏ। ਐੜੀਆ ਮਨਾ ਕਿੰਨੇ ਪੈਸੇ? ਸਿਉਣਾ ਹੀ ਵੀਰ ਜੀ, ਤੁਹਾਡਾ 1.5 ਲੱਖ ਰੁਪਇਆ ਕੋ ਸਿਉਣਾ ਸੀ ਮੇਰੇ ਕਾਟੇ ਜੀ, ਛਾਪਾ ਸੀ। ਹਾਂਜੀ, ਠੇਕੇ ਦੇ ਪੈਸੇ ਵਿੱਚ ਜੀ। ਬਾਈ ਜੀ, ਕੀ ਨਾਮ ਤੁਹਾਡਾ? ਕੀ ਘਟਨਾ ਵਾਪਰੀ ਆਪਣੇ? ਘਟਨਾ ਜੀ, 11 ਵਜੇ ਮੈਂ ਪਿੰਡ ਦੇ ਵਿੱਚ ਗਿਆ ਸੀ, ਪ੍ਰੋਗਰਾਮ ਸੀ ਬੱਚਿਆਂ ਦੇ ਉੱਥੇ ਜੀ। 11 ਵਜੇ ਛੱਡ ਕੇ ਮੈਂ ਬੱਚਿਆਂ ਨੂੰ ਕੰਮ ਤੇ ਗਿਆ ਗਿਆ ਜੀ। ਅਤੇ ਤਕਰੀਬਨ 2 ਵਜੇ ਘਰ ਆਏ ਜੀ। ਜਦੋਂ ਘਰ ਆਏ ਬਾਹਰ ਲੱਗਣ ਦਾ ਲੱਗਾ ਜੀ, ਅੰਦਰੋਂ ਕੋਠੀ ਕਹਿੰਦੇ ਟੁੱਟੇ ਹੋਏ ਸੀਗੇ, ਅੰਦਰੋਂ ਕੁੰਡੀਆਂ ਲੱਗੀਆਂ ਹੋਈਆਂ ਜੀ। ਜਦੋਂ ਇਹਨਾਂ ਨੇ ਫੋਨ ਕੀਤਾ, ਬੱਚੇ ਨੂੰ ਕੀਤਾ, ਕਿੱਥੇ ਤੂੰ ਘਰੇ ਦਾ ਨਹੀਂ ਜਾਂ ਕਿਵੇਂ, ਮੈਨੂੰ ਪੁੱਛਿਆ ਜੀ, ਹੈ ਨਹੀਂ ਸੀਗਾ। ਉਸ ਟਾਈਮ ਬੰਦੇ ਘੋਸਤੀ ਗਏ ਤਾਂ ਉਦੋਂ ਇਹਨਾਂ ਨੂੰ ਟੋਰ ਸੀਗੇ, ਬੰਦੇ ਅੰਦਰ ਭੱਜ ਗਏ ਅਤੇ ਕਾਫੀ ਨੁਕਸਾਨ ਕਰਤਾ। ਕੀ ਕੁਛ ਲੈ ਗਏ ਜੀ ਨਾਲ? ਫੋਨ ਕੋਲ ਨਕਦੀ 1.5 ਲੱਖ ਰੁਪਈਆ ਜੀ, ਤੋਂ ਡਾਲਰ ਸੀ ਜੀ 400 ਅਤੇ ਤੋਂ ਸੋਨਾ ਸੀਗਾ ਜੀ, 4-4 ਸੋਨੇ ਜੀ। ਕੈਮਰੇ ਲੱਗੇ ਸੀ ਆਪਣੇ? ਕੈਮਰੇ ਲੱਗੇ ਸਰ, ਉਹ ਕੈਮਰੇ ਵਾਲੇ ਟੀਵੀ ਲਈ ਲਾ ਕੇ ਲੈ ਕੇ ਨਾਲ ਹੀ ਲੱਗੇ, ਕੈਮਰੇ ਲੱਗੇ ਹੋਏ ਸੀ। ਕੀ ਮੰਗ ਕਰਦੇ ਹੋ ਸਰਕਾਰ? ਬਸ ਸਰਕਾਰ ਤੋਂ ਹੀ ਮੰਗ ਕਰਦੇ ਵੀ ਜਿਹੜੇ ਇਹ 'ਚ ਆਉਣ ਲੁਟੇਰੇ ਕਲੇਖਰ ਦੇ ਦਿਨੇ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ, ਉਹਨਾਂ ਤੋਂ ਨਾਪਾਈ ਵਾਲੇ ਅਤੇ ਅੱਗੇ ਤੋਂ ਜੇ ਕਿਸੇ ਦੇ ਘਰੇ ਆ ਜਾਂ ਦਿਨ ਦਿਹਾੜੇ ਜਿਹੜਾ ਰਾਤ ਦਾ ਅਤੇ ਦਿਨ ਦਿਹਾੜੇ ਇਹ ਜਿਹਾ ਸਮਾਂ ਆਉਂਦਾ। SHO ਸਾਹਿਬ ਮੌਕੇ ਤੇ ਮਾਲੀ ਨੁਕਸਾਨ ਵੀ ਕਰ ਸਕਦੇ ਸੀ, ਜਿਵੇਂ ਬੱਚੇ ਘਰੇ ਆਏ ਸੀਗੇ, ਜੇ ਉਹ ਜਿੰਦੇ ਮੁੰਡੇ ਨਾਲ ਲੱਗੇ ਹੁੰਦੇ ਤਾਂ ਉਹ ਸਾਡਾ ਮਾਲੀ ਨੁਕਸਾਨ ਵੀ ਕਰ ਦਿੰਦੇ ਬੱਚਾ। SHO ਸਾਹਿਬ ਮੌਕੇ ਤੇ ਪਹੁੰਚੇ, ਉਹਨਾਂ ਦਾ ਕੀ ਕਹਿਣਾ? ਉਹ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਕੋਈ ਨਹੀਂ, ਜੋ ਕਾਰਵਾਈ ਬਣਦੀ ਆ ਜਲਦੀ ਜਲਦੀ ਕਾਰਵਾਈ ਕਰਕੇ ਨੇ ਬੰਦੇ ਕਰਾਂਗੇ। ਬਾਕੀ ਵੇਖੋ ਤੁਸੀਂ ਅੰਦਰ ਸਾਰਾ ਸਮਾਨ ਕੱਲ ਸਾਨੂੰ ਤਲਾਹ ਮਿਲੀ ਹੈ ਕਿ ਇੱਦਾਂ ਦਾ ਬਲਵਿੰਦਰ ਸਿੰਘ ਦੇ ਘਰੇ ਚੋਰੀ ਹੋ ਗਈ ਹੈ। ਪੁਲਿਸ ਪਾਰਟੀ ਮੌਕੇ 'ਤੇ ਗਈ ਹੈ, ਮੌਕੇ 'ਤੇ ਜਾ ਕੇ ਪੁੱਜ ਕੇ ਪਤਾ ਕੀਤਾ, ਕੁਛ ਸੋਨਾ, ਕੁਛ ਨਗਦੀ ਅਤੇ ਕੁਛ ਡਾਲਰ ਅਮਰੀਕਾ ਅਤੇ ਕੈਨੇਡਾ ਦੇ, ਅਤੇ ਇੱਕ DVD ਕੈਮਰੇ ਲੱਗੇ ਹੋਏ, ਉਹਨਾਂ DVD ਲਾ ਕੇ ਨਾਲ ਲੈ ਗਏ ਨਾਮਲੂ ਵਿਅਕਤੀ। ਤਬਦੀਸ਼ ਕੀਤੀ ਜਾ ਰਹੀ ਹੈ, ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਊਗਾ। ਉਦੋਂ ਘਰ ਰਹਿੰਦੇ ਸੀ ਕੋਈ ਉਹਨਾਂ ਦੇ? ਇਹ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਪਿੰਡ ਦੇ ਵਿੱਚ ਵਿਆਹ ਦੇ ਸੰਬੰਧ 'ਚ ਗਏ ਸੀ ਪਿੰਡ 'ਚ। ਡਾਕਟਰ ਲਿਖ ਲਈ ਗਈ? ਹਾਂਜੀ ਹਾਂਜੀ, ਮੁਕਦਮਾ ਦਰਜ ਕਰਤਾ ਜੀ, ਕਾਰਵਾਈ ਕੀਤੀ ਜਾ ਰਹੀ ਹੈ, ਤਬਦੀਸ਼ ਕੀਤੀ ਜਾ ਰਹੀ ਹੈ।